ਕੀ ਹੋਇਆ ਕੀ ਸੀਗਾ ਤੁਹਾਡਾ ਐਕਸੀਡੈਂਟ ਹੋਇਆ ਕਿਵੇਂ ਹੋਇਆ ਅਸੀਂ ਜਾ ਰਹੇ ਸੀ ਜੀ ਫਾਜ਼ਿਲਕਾ ਰੋਡ 'ਤੇ ਗੱਡੀ ਨੇ ਓਵਰਟੇਕ ਕੀਤਾ ਗੱਡੀ 'ਤੇ ਜਾ ਰਹੇ ਤੁਸੀਂ ਗੱਡੀ ਮੋਟਰਸਾਈਕਲ 'ਤੇ ਸੀਗੇ ਕਿੰਨੇ ਜਣੇ ਦੋ ਜਣੇ ਸੀਗੇ ਅਸੀਂ ਅਤੇ ਜਿਹੜੇ ਕਿੰਨੇ ਜ਼ਖਮੀ ਹੋਏ ਨੇ ਜੀ ਦੋ ਇੱਕ ਮੋਟਰਸਾਈਕਲ ਅੱਗੇ ਸੀਗਾ ਇੱਕ ਪਿੱਛੇ ਸੀਗਾ ਤੁਸੀਂ ਕਿੱਥੇ ਜਾ ਰਹੇ ਸੀ ਅਸੀਂ ਘਰ ਵਾਪਸ ਜਾ ਰਹੇ ਸੀ ਪਰ ਆਹੀ ਕਿਵੇਂ ਸੀਗੇ ਪਰਤੀ ਦੇਖਣ ਟਰਾਇਲ ਸੀਗਾ ਟਰਾਇਲ ਸੀਗਾ ਤੁਹਾਡਾ ਕੋਈ ਕਿੱਥੇ ਫਿਰੋਜ਼ਪੁਰ ਕਿੰਨਿਆਂ ਦੀ ਡੈਥ ਹੋਈ ਸੀ ਪਤਾ ਨਹੀਂ ਹੈ ਪਤਾ ਨਹੀਂ ਕਿੰਨੇ ਜ਼ਖਮੀ ਹੋਏ ਜ਼ਖਮੀ ਪੰਜ ਤਿੰਨ ਜਣੇ ਅਗਲੇ ਇੱਕ ਮੋਟਰਸਾਈਕਲ ਦੇ ਗਏ ਸੀ ਦੋ ਅਸੀਂ ਵਿਜਾ ਸੀ ਇੱਕ ਗੱਡੀ ਨੇ ਉਹ ਮਤਲਬ ਸਾਰਿਆਂ ਨੇ ਜ਼ਖਮੀ ਕੀਤਾ ਹਾਂ ਹਾਂ ਸਾਰੇ ਮੋਟਰਸਾਈਕਲ ਕਿੰਨੇ ਜਣੇ ਜ਼ਖਮੀ ਹੋ ਗਏ ਤੁਹਾਡੇ ਸਾਰੇ ਕਿੰਨੇ ਦੀ ਹੋਈ ਪਤਾ ਨੀ ਹੁਣ ਕੀ ਮੰਗਦੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੁਸੀਂ ਕਾਹਤੇ ਸੀ ਅਸੀਂ ਬਾਈਕ 'ਤੇ ਸੀ ਮੋਟਰਸਾਈਕਲ 'ਤੇ ਕਿੰਨੀਆਂ ਬਾਈਕਾਂ 'ਤੇ ਸੀ ਤੁਸੀਂ ਅਸੀਂ ਦੋ ਬਾਈਕ 'ਤੇ ਸੀਗੇ ਦੋ ਬਾਈਕ 'ਤੇ ਛੇ ਜਣੇ ਸੀ ਪੰਜ ਜਣੇ ਕੀ ਨਾਂ ਤੁਹਾਡਾ ਰਮਨਦੀਪ ਸਿੰਘ ਆਈ ਕਿਵੇਂ ਸੀ ਇੱਥੇ ਪਰਤੀ ਦੇ ਪ੍ਰਾਈਜ਼ ਹੀ ਗਏ ਪਰਤੀ 'ਤੇ ਆਏ ਟਰਾਇਲ ਸੀਗਾ ਮੇਰਾ ਹੋ ਗਿਆ ਸੀ ਟਰਾਇਲ ਓਕੇ ਨਹੀਂ ਰਹਿ ਗਿਆ ਸੀ ਪੂਜਾ ਲਾਲ ਜੀ ਰੋੜਾ ਵਾਲੀ ਮੰਡੀ ਜੀ ਇਹ ਜੀ ਆਏ ਨੇ ਅਤੇ ਪਰਤੀ ਉਹ ਵੀ ਆਪਣੇ ਆਪਣਾ ਲੜਕਾ ਜੀ ਮਨਜਿੰਦਰ ਕੁਮਾਰ ਹਾਂਜੀ ਹਾਂਜੀ ਭੂਸ਼ਣ ਲਾਲ ਹਾਂ ਮੰਡੀ ਰੋੜਾ ਵਾਲੀ ਹਾਂਜੀ ਫੋਨ ਗਿਆ ਸਾਨੂੰ ਨਹੀਂ ਮਿਲਿਆ ਜੀ ਪਤਾ ਨਹੀਂ ਆਪਣੇ ਜੀ ਫੋਨ ਗਿਆ ਆਪਣਾ ਪਤਾ ਨਹੀਂ ਕਿਵੇਂ ਹੋਇਆ ਕਿਵੇਂ ਨਹੀਂ ਹੋਇਆ ਜੀ ਹਾਂਜੀ ਇਹ ਤਾਂ ਫੋਨ ਗਿਆ ਜੀ ਗੱਡੀਆਂ ਹੁਣ ਅਤੇ ਗੁਆਂਢੀਆਂ ਕਰੇ ਫੋਨ ਗਿਆ ਅਤੇ ਬਹੁਤ ਹਾਂਜੀ ਸਾਡੀ ਮੰਗ ਹੈ ਜੀ ਜੋ ਸਾਡਾ ਵੀ ਜਿਵੇਂ ਕਾਕੂ ਬੱਚੋ ਸਾਡਾ ਠੀਕ ਹੋ ਜਾਵੇ ਹਾਂਜੀ ਮੇਰਾ ਨਾਮ ਤੇਜਸ ਕੌਰ ਹੈ ਜੀ ਇਹ ਡੈਡੀ ਤੁਹਾਡੇ ਹੈ ਨਹੀਂ ਮੇਰੀ ਮੰਮੀ ਦੀ 15 ਸਾਲ ਪਹਿਲਾਂ 12 ਸਾਲ ਪਹਿਲਾਂ ਡੈਥ ਹੋ ਗਈ ਸੀ ਮੇਰੇ ਭੈਣ ਨੇ ਕੱਟ ਕੱਟ ਕੇ ਪਤਾ ਨਹੀਂ ਕਿਵੇਂ ਮਾਰੀ ਹੈ ਤੁਹਾਨੂੰ ਕਿਉਂ ਬੇਦਖਲ ਕੀਤਾ ਹੈ ਡੈਡੀ ਅਸੀਂ ਉਹਨੇ ਦੂਜਾ ਵਿਆਹ ਕਰਾਇਆ ਹੋਇਆ ਉਹਦਾ ਇੱਕ ਏਡਾ 8 ਸਾਲਾਂ ਦਾ ਮੁੰਡਾ ਜ਼ਮੀਨ ਵਿੱਚ ਹੁਣ ਆਪਣੇ ਭਰਾ ਦੀ ਜਿਹੜਾ ਤੁਸੀਂ ਭਰਾ ਦੀ ਅੱਜ ਤੁਹਾਡਾ ਭਰਾ ਭਰਤੀ ਹੋਣ ਵਾਸਤੇ ਆਇਆ ਸੀ ਮੇਰੇ ਭਰਾ ਨੇ ਤੇ ਮੈਨੂੰ 2 ਕਨਾਲਾਂ ਦਿੱਤੀਆਂ 2 ਕਿੱਲਿਆਂ ਦੇ ਵਿੱਚੋਂ 10 ਭਰਤੀ ਹੋਣ ਲਈ ਭਰਤੀ ਹੋਣ ਵਾਸਤੇ ਆਇਆ ਸੀ ਅਸੀਂ ਦੋਨਾਂ ਭੈਣ ਭਰਾਵਾਂ ਨੇ ਇੱਕ ਘਰ ਬਣਾਇਆ ਹਲੀਮ ਵਾਲੇ ਦੇ ਵਿੱਚ ਮੈਂ ਕਿੱਥੇ ਜਾਊਂਗੀ ਆਂਟੀ ਮੇਰਾ ਕੌਣ ਹੈ ਆਂਟੀ ਕੌਣ ਹੈ ਮੇਰਾ ਇਨਫੋਰਮੇਸ਼ਨ ਵੀ ਆਰਮੀ ਦੀ ਟਰਾਇਲ ਤੇ ਆਏ ਸੀਗੇ ਸ਼ਾਇਦ ਜਾਂ ਕਿਤੇ ਇੱਧਰ ਫਿਰੋਜ਼ਪੁਰ ਕੋਈ ਕੰਮ ਸੀ ਇਹਨਾਂ ਨੂੰ ਤੇ ਜਦੋਂ ਵਾਪਿਸ ਜਾ ਰਹੇ ਸੀਗੇ ਤਾਂ ਜੰਗਾਂ ਵਾਲੇ ਮੋੜ ਇਹਨਾਂ ਦਾ ਐਕਸੀਡੈਂਟ ਹੋਇਆ ਉਹਨਾਂ ਦਾ ਨਾਮ ਸੰਦੀਪ ਸਿੰਘ ਲੱਕੀ ਰਮਨਦੀਪ ਹਰਪਾਲ ਐਂਡ ਮਨਜਿੰਦਰ ਇਹ 5 ਬੰਦੇ ਸੀਗੇ ਅਤੇ ਇੱਕ ਇੱਥੇ ਆਇਆ ਤਾਂ ਇਹ ਬਰੋਡ ਡੈਡ ਸੀਗਾ ਇਹਨਾਂ 'ਚੋਂ ਇੱਕ ਬੰਦਾ ਉਹਦਾ ਨਾਮ ਹੈਗਾ ਲੱਕੀ ਸਨ ਆਫ ਜੀਤ ਸਿੰਘ ਏਜ 21 ਹਾਂਜੀ ਉਹ ਬਰੋਡ ਡੈਡੀ ਸੀਗਾ ਐਮਰਜੈਂਸੀ 'ਚ ਲੈ ਕੇ ਆਇਆ ਜਦੋਂ ਇਹ ਟੋਟਲ 5 ਬੰਦੇ ਸੀਗੇ ਐਕਚੁਲੀ ਇਹਦੀ ਤਾਂ ਹਜੇ ਇਨਫੋਰਮੇਸ਼ਨ ਐਜ਼ ਪਰ ਇਨਫੋਰਮੇਸ਼ਨ ਉਹ ਮੈਨੂੰ ਨਹੀਂ ਪਤਾ ਪਰ ਐਂਬੂਲੈਂਸ ਵਾਲੇ ਜਿੱਥੋਂ ਲੈ ਕੇ ਆਏ ਉਹਨਾਂ ਨੇ ਬਸ ਇਹਨਾਂ ਬਾਰੇ ਇੰਨਾ ਹੀ ਦੱਸਿਆ ਵੀ ਸ਼ਾਇਦ ਇਹ ਆਰਮੀ ਦੀ ਟਰਾਇਲ 'ਤੇ ਆਏ ਸੀ ਬਾਕੀ 4 ਦੇ 2 ਦੇ ਫ੍ਰੈਕਚਰ ਹੈ ਅਤੇ 1 ਦੇ ਹੈਡ ਇੰਜਰੀ ਹੈ ਉਹਨਾਂ ਨੂੰ ਅਸੀਂ ਐਜ਼ ਪਰ ਸਪੈਸ਼ਲਿਸਟ ਓਪੀਨੀਅਨ GGS ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਰਹੇ ਹਾਂ ਅਤੇ ਬਾਕੀ ਮਤਲਬ ਸੀਰੀਅਸ ਤਾਂ ਇੱਕੋ ਹੀ ਸੀਗਾ ਉਹ ਬਰੋਡ ਡੈਡ ਸੀਗਾ ਇੱਕ ਬੰਦਾ ਸਾਡੇ ਕੋਲ ਅਤੇ ਬਾਕੀ 4 ਥੋੜ੍ਹੇ ਜਿਹੇ ਸੀਰੀਅਸ ਕਹਿ ਸਕਦੇ ਹਾਂ ਅਤੇ ਬਾਕੀ ਅੱਗੇ ਅੱਗੇ ਫਰੀਦਕੋਟ ਜਿਵੇਂ ਵੀ ਹੋਊਗਾ ਮੇਰਾ ਡਾਕਟਰ ਹਰਿੰਦਰਪਾਲ ਸਿੰਘ ਐਮਰਜੈਂਸੀ ਮੈਡੀਕਲ ਅਫਸਰ ਸਿਵਲ ਹਸਪਤਾਲ ਫਿਰੋਜ਼ਪੁਰ